सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਖਬਰਾਂ ਦੇ ਇਸ ਬੁਲਟਿਨ 'ਚ। ਮੈਂ ਤੁਹਾਡੇ ਨਾਲ ਰੁਮਨ ਬਾਜਵਾ। ਬੁਲਟਿਨ ਦਾ ਆਗਾਜ਼ ਕਰਾਂਗੇ ਪਰ ਸਭ ਤੋਂ ਪਹਿਲਾਂ ਖਬਰਾਂ ਸੰਭਾਲੇ ਨੇ ਹੁਣ ਤੱਕ ਦੀਆਂ ਖਾਸ ਖਬਰਾਂ ਦੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ। ਲੋਕਾਂ ਨੂੰ ਦਿੱਤੀ ਪ੍ਰਕਾਸ਼ ਪੁਰਬ ਦੀ ਵਧਾਈ। ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਲਗਾਈ ਸਟੇਜ ਤੇ ਕੀਤੀ ਸ਼ਿਰਕਤ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸੰਗਤ ਨੂੰ ਦਿੱਤੀ ਵਧਾਈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਕੀਤਾ ਧੰਨਵਾਦ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪੰਜਾਬ ਭਰ ਵਿੱਚ ਵੱਖ ਵੱਖ ਥਾਈ ਨਗਰ ਕੀਰਤਨਾਂ ਦਾ ਆਯੋਜਨ। ਦਰਬਾਰ ਸਾਹਿਬ ਵਿੱਚ ਸਜਾਏ ਗਏ ਸੁੰਦਰ ਜਲੋ। ਅੱਜ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਨੇ। ਚੜ੍ਹਦੀ ਟਾਈਮ ਟੀਵੀ ਵੱਲੋਂ ਸਮੂਹ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ। ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਪੁੱਜੇ ਰਾਸ਼ਟਰਪਤੀ ਨਾਲ ਉਹਨਾਂ ਦੀ ਪਤਨੀ ਅਤੇ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਵੀ ਮੌਜੂਦ ਰਹੇ। ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣ ਉਪਰੰਤ ਰਾਸ਼ਟਰਪਤੀ ਵੱਲੋਂ ਸੰਗਤਾਂ ਨਾਲ ਵੀ ਮੁਲਾਕਾਤ ਕੀਤੀ ਗਈ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਵੱਲੋਂ ਜੈਕਾਰੇ ਲਗਾ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੁਲਤਾਨਪੁਰ ਲੋਧੀ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਪਹੁੰਚੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਪੰਜਾਬੀ ਵਿੱਚ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਦਿਲਾਂ ਵਿੱਚ ਵਸਦੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਜੀ ਨੇ ਜਾਤਾਂ ਪਾਤਾਂ ਅਤੇ ਕਰਮ ਕਾਂਡਾਂ ਵਿੱਚ ਫਸੀ ਹੋਈ ਲੋਕਾਈ ਨੂੰ ਗਿਆਨ ਦਾ ਉਪਦੇਸ਼ ਬਖਸ਼ਿਸ਼ ਕਰਕੇ ਸਿੱਧੇ ਮਾਰਗ ਤੇ ਪਾਇਆ। ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਸੰਸਾਰ ਵਿੱਚ ਅਗਿਆਨਤਾ ਅੰਧਕਾਰ ਦਾ ਹਨੇਰਾ ਫੈਲਿਆ ਹੋਇਆ ਸੀ, ਲੋਕ ਆਪਸੀ ਜਾਤਾਂ ਪਾਤਾਂ ਦੀ ਵੰਡ ਵਿੱਚ ਪੈ ਕੇ ਝਗੜੇ ਝਮੇਲੇ ਵਿੱਚ ਪਏ ਹੋਏ ਸਨ, ਤਾਂ ਅਕਾਲ ਪੁਰਖ ਨਿਰੰਕਾਰ ਰੂਪ ਸਤਿਗੁਰੂ ਨਾਨਕ ਪਾਤਸ਼ਾਹ ਨਨਕਾਣਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ। ਉਹਨਾਂ ਕਿਹਾ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੀਆਂ ਗੁਰਬਾਣੀ ਰਾਹੀਂ ਦਿੱਤੀਆਂ ਸਿੱਖਿਆਵਾਂ ਨੂੰ ਸਾਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਜੀਵਨ ਸਫਲਾ ਬਣਾਉਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਸਾਡਾ ਦੇਸ਼ ਹੋਰ ਤਰੱਕੀ ਹਾਸਲ ਕਰ ਸਕਦਾ ਹੈ। ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਾਪਸ ਪਰਤ ਗਏ। ਉਹਨਾਂ ਨਾਲ ਉਹਨਾਂ ਦੀ ਧਰਮ ਪਤਨੀ ਅਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਸਮੇਤ ਆਦਿ ਆਗੂ ਵੀ ਮੌਜੂਦ ਰਹੇ। ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ ਸਾਰੇ ਦੇਸ਼ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸੇ ਭਾਰਤੀ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਬਿੰਦਾ। ਅੱਜ ਦੇ ਦਿਨ ਸੁਲਤਾਨਪੁਰ ਲੋਧੀ ਵਿੱਚ ਹੋਣਾ ਬੜੇ ਮਾਣ ਦੀ ਗੱਲ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤ ਕੀਤਾ ਸੀ। ਇਸ ਖੇਤਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਯਾਤਰਾ ਨਾਲ ਜੁੜੇ ਪਵਿੱਤਰ ਅਸਥਾਨ ਮੌਜੂਦ ਹਨ। ਸੁਲਤਾਨਪੁਰ ਵਿੱਚ ਆਪਣਾ ਬ੍ਰਹਮ ਸਰੂਪ ਪ੍ਰਾਪਤ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਗਿਆਨ ਦੀ ਮਿਸਾਲ ਲੈ ਕੇ ਪੂਰੀ ਦੁਨੀਆ ਵਿੱਚ ਉਜਾਲਾ ਕਰਨ ਲਈ ਨਿਕਲ ਪਏ। ਇਹ ਧਰਤੀ ਗੁਰੂ ਨਾਨਕ ਦੇਵ ਜੀ ਦੁਆਰਾ ਮਨੁੱਖਤਾ ਨੂੰ ਪ੍ਰਕਾਸ਼ਮਾਨ ਕਰਨ ਦੀ ਯਾਤਰਾ ਦਾ ਸ਼ੁਰੂਆਤੀ ਬਿੰਦੂ ਹੈ। ਮੈਂ ਇਸ ਪੂਜਨੀਕ ਧਰਤੀ ਨੂੰ ਮੱਥਾ ਟੇਕਦਾ ਹਾਂ।
श्री गुरु नानक देव जी के 550वें प्रकाश पुरब से पंजाब सरकार वालों मुख्यमंत्री कैप्टन अमरिंदर सिंह की अगुवाई में सुल्तानपुर लोधी में करवाए जा रहे समागम में श्री सहज पाठ के भोग पाए गए। इस समय देश के राष्ट्रपति रामनाथ कोविंद सरकारी पंडाल में पहुंचे। उन्होंने की धर्मपत्नी और पंजाब के राज्यपाल वीपी सिंह बदनौर आदि मौजूद सन, जिन्हों का सरकारी पंडाल में पुजन से कैप्टन अमरिंदर सिंह ते महाराणी परनीत कौर तो इलावा होर मंत्रियों ते विधायकों ने सम्मान किया। इस मौके मुख्यमंत्री ने अपने संबोधन दौरान सिख संगत को प्रकाश पुरब की विदाई दी। कैप्टन अमरिंदर सिंह ने कहा कि वह गुरुद्वारा करतारपुर साहिब जाने सिख श्रद्धालुओं के सुपने साकार करने में मदद करने के लिए प्रधानमंत्री नरेंद्र मोदी और पाकिस्तानी प्रधानमंत्री इमरान खान का धन्यवाद करते हैं। इस नाल ही कैप्टन ने कहा कि उन्होंने उम्मीद है कि पाकिस्तान में इस तरह के गुरुद्वारे जिवें पंजा साहिब और ननकाना साहिब में भारतीय श्रद्धालुओं के लिए खोलिया जाए। अज असी अपने पहले पातशाह श्री गुरु नानक देव जी महाराज का 550वां प्रकाश पुरब मना रहे हैं। पहला तो थोनू सारियां नू साढ़े सारियां तो लख लख बधाई हो। जिहड़ा दिहाड़ा है कदे कदे ही आउंदा है, किसी की खुदकिस्मती हुंदी है कि जदों ये दिहाड़ा आवे वो कुछ सेवा करवा सकदा है। और मैं धन्नवादी हाँ साडे प्रधानमंत्री का मोदी जी का और पाकिस्तान के प्रधानमंत्री इमरान खान जी का, जिन्होंने ये लांघा खुलवा दिता करतारपुर। मैं गया सी कुछ दिन पहला, मत्था टेक के आया सी, दिल भरिया वो देखी वो स्थान जिथे साडे गुरुआं ने अपने अखीरले दिन उत्थे गुजारे इस दुनिया च, फिर चले गए अकाल पुरख के चरणां च। और ये पहला कदम है जो पाकिस्तान ने चक्या, जो एक प्यार का पैगाम है। उहदे विच मैं आस करदा कि इसी तरीके नाल ननकाणा साहब, पंजा साहब, होर साडे बड़े गुरुद्वारे साहिबान ने उत्थे वह भी खोलो। तुसीं उधर भारत के प्रधानमंत्री नरेंद्र मोदी ने प्रकाश पुरब मौके देशवासियों को बधाई देते हुए कहा कि आज का दिन श्री गुरु नानक देव जी की कल्पना वाला समाज सृजन लई अपने आप नूं समर्पित करन दा दिन है। गुरु नानक देव जी सिर्फ सिख पंथ की भारत की ही धरोहर नहीं, बल्कि पूरी मानवता के लिए प्रेरणा पुंज है। गुरु नानक देव एक गुरु होने के साथ साथ एक विचार है, जीवन का आधार है। एक तरफ गुरु नानक देव जी ने सामाजिक दर्शन के जरिए समाज को एकता, भाईचारे और सौहार्द का रास्ता दिखाया, वहीं दूसरी तरफ उन्होंने समाज को एक ऐसी आर्थिक व्यवस्था की भेंट दी जो सच्चाई, ईमानदारी और आत्मसम्मान पर टिकी है। उन्होंने सीख दी कि सच्चाई और ईमानदारी से किए गए विकास से हमेशा तरक्की और समृद्धि के रास्ते खुलते हैं। उन्होंने सीख दी कि धन तो आता जाता रहेगा, पर सच्चे मूल्य हमेशा रहते हैं। गुरु नानक जी की यही प्रेरणा मानवता के हित के लिए, विश्व की शांति के लिए आज भी प्रासंगिक है। नानक नाम चढ़दी कला, नानक नाम चढ़दी कला, तेरे भाणे सरबत दा भला। साथियों, आप सभी को, पूरे देश को, संपूर्ण विश्व में फैले सिख साथियों को गुरु नानक देव जी के 550वें प्रकाशोत्सव पर बहुत बहुत बधाई देता हूं। दिल्ली सिख गुरुद्वारा प्रबंधक कमेटी वालों गुरु नानक देव जी के 550 साल प्रकाश पुरब मौके अज प्रधान मनजिंदर सिंह सिरसा की अगुवाई हेठ दिल्ली के वक् वक् गुरुद्वारा साहिबाना अंदर वड्डे कीर्तन समागम आयोजित किए गए। इन्होंने समागमों में लोग सभा के स्पीकर ओम बिरला, वित्त मंत्री निर्मला सीतारमन, मुख्यमंत्री अरविंद केजरीवाल, संसद मैंबर प्रवेश साहिब सिंह वर्मा, दिल्ली भाजपा के प्रधान मनोज तिवाड़ी, बाबा रामदेव, जैन धर्म के आगू लोकेश मुनि समेत
ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ। ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਲਖੀਸ਼ਾਹ ਵਣਜਾਰਾ ਹਾਲ ਵਿੱਚ ਮੁੱਖ ਸਮਾਗਮ ਹੋਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਵਡਭਾਗੀ ਹਾਂ ਜੋ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਸਾਡੀ ਝੋਲੀ ਪਿਆ। ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਗੁਰੂ ਨਾਨਕ ਸਿਰਫ ਸਿੱਖਾਂ ਦੇ ਨਹੀਂ ਬਲਕਿ ਪੂਰੀ ਮਾਨਵਤਾ ਦੇ ਗੁਰੂ ਸਨ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਵਿਖਾਏ ਮਾਰਗ ਤੇ ਚੱਲਣਾ ਸਾਡਾ ਫਰਜ਼ ਹੈ। ਉਹਨਾਂ ਨੇ ਵੀ ਸੰਗਤ ਨੂੰ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਜੈਨ ਧਰਮ ਦੇ ਆਗੂ ਲੋਕੇਸ਼ ਮੁਨੀ ਜੈਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਮੁੱਚੀ ਮਨੁੱਖਤਾ ਦੇ ਮਸੀਹਾ ਸਨ। ਸਮਾਗਮ ਵਿੱਚ MP ਸਿੰਘ ਡਾਲੀ ਦੀ ਪੁਸਤਕ ਕੱਲ ਤਾਰਨ ਗੁਰੂ ਨਾਨਕ ਆਇਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਰਸਾ ਅਤੇ ਹੋਰ ਪਤਵੰਤਿਆਂ ਨੇ ਰਿਲੀਜ਼ ਕੀਤੀ। ਇਸ ਮੌਕੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇੱਕ ਸਾਲ ਤੋਂ ਹਰ ਗਲੀ ਮੁਹੱਲੇ ਸ਼ਹਿਰ ਅਤੇ ਹਰ ਦੇਸ਼ ਵਿੱਚ ਸ਼ਤਾਬਦੀ ਸਮਾਗਮ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ। ਇਹ ਗੁਰੂ ਸਾਹਿਬ ਦੀ ਆਪਣੀ ਵਡਿਆਈ ਹੈ। ਆਪ ਸਭ ਲੋਕੋਂ ਕੋ ਸਾਰੀ ਸੰਗਤ ਕੋ ਗੁਰਪੁਰਬ ਕੇ ਅਵਸਰ ਪੇ ਬਹੁਤ ਬਹੁਤ ਵਧਾਈ, ਬਹੁਤ ਬਹੁਤ ਸ਼ੁਭਕਾਮਨਾਏ। ਆਜ ਬਹੁਤ ਹੀ ਪਵਿੱਤਰ ਦਿਨ ਹੈ। ਗੁਰੂ ਨਾਨਕ ਜੀ ਮਹਾਰਾਜ ਕਾ 550 ਸਾਲਾ ਪ੍ਰਕਾਸ਼ ਪਰਬ ਹਮ ਲੋਕ ਮਨਾਨੇ ਕੇ ਲੀਏ ਆਜ ਯਹਾਂ ਪੇ ਆਏ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੂਰੀ ਇਨਸਾਨੀਅਤ ਕੋ ਰਸਤਾ ਦਿਖਾਇਆ। ਚਾਹੇ ਹਿੰਦੂ ਹੋ, ਚਾਹੇ ਮੁਸਲਮਾਨ ਹੋ, ਕਿਸੀ ਵੀ ਧਰਮ ਕਾ ਵਿਅਕਤੀ ਹੋ, ਸਭ ਲੋਕੋ ਕੋ ਉਹਨੇ ਕਿਸੀ ਕੇ ਬੀਚ ਮੇਂ ਭੇਦਭਾਵ ਨਹੀਂ ਕੀਆ, ਕਿਸੀ ਜਾਤ ਕੇ ਬੀਚ ਮੇਂ ਭੇਦਭਾਵ ਨਹੀਂ ਕੀਆ। ਉਹਨੇ ਹਮੇਸ਼ਾ ਸੱਚ ਕੇ ਰਸਤੇ ਪੇ ਚੱਲਣਾ ਸਿਖਾਇਆ ਔਰ ਹਮੇਸ਼ਾ ਗਰੀਬੋ ਕੀ ਸੇਵਾ ਕਰਨੇ ਕਾ ਉਹਨੇ ਹਮ ਲੋਕੋ ਕੋ ਸੀਖ ਦੀ ਹੈ। ਹਮੇ ਕੋਸ਼ਿਸ਼ ਕਰਨੀ ਹੈ ਕਿ ਉਨਕੇ ਬਤਾਏ ਹੋਏ ਰਸਤੇ ਪੇ ਜ਼ਿਆਦਾ ਸੇ ਜ਼ਿਆਦਾ ਚੱਲਣੇ ਕੀ ਕੋਸ਼ਿਸ਼ ਕਰੇ। ਆਪਣੇ ਸਭ ਕੇ ਬੀਚ ਮੇਂ ਇੱਕ ਅੱਛੀ ਖੁਸ਼ਖਬਰੀ ਹੈ ਕਿ ਅਬ ਕਰਤਾਰਪੁਰ ਕੋਰੀਡੋਰ ਖੁੱਲ ਗਿਆ। ਹਮ ਸਭ ਲੋਕ ਅਬ ਦਰਸ਼ਨ ਕਰਨੇ ਕੇ ਲੀਏ ਸ਼੍ਰੀ ਕਰਤਾਰਪੁਰ ਸਾਹਿਬ ਜਾ ਸਕਤੇ ਹੈ ਔਰ ਹਮ ਲੋਕੋ ਨੇ ਵੀ ਸੁਵਿਧਾ ਕੀ ਹੈ ਕਿ ਜਿਤਨੇ ਬਜ਼ੁਰਗ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨੇ ਕੇ ਲੀਏ ਜਾਣਾ ਚਾਹੇ ਉਨਕਾ ਸਭ ਕਾ ਇੰਤਜ਼ਾਮ ਹਮ ਲੋਕ ਦਿੱਲੀ ਸਰਕਾਰ ਕੀ ਤਰਫ ਸੇ ਕਰੇਂਗੇ, ਫ੍ਰੀ ਮੇਂ ਹੋਗਾ। ਜਿਤਨੇ ਬਜ਼ੁਰਗ ਵਹਾਂ ਪੇ ਦਰਸ਼ਨ ਕਰਨੇ ਕੇ ਲੀਏ ਜਾਣਾ ਚਾਹੇ ਉਹ ਸਭ ਜਾ ਸਕਤੇ ਹੈ। ਆਪਾਂ ਕਿੱਡੇ ਭਾਗਾਂ ਵਾਲੇ ਜੀ ਹਾਂ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਾਂ ਨੂੰ ਇਹ ਸਮਾਂ ਬਖਸ਼ਿਆ ਹੈ। ਇਹ ਸ਼ਤਾਬਦੀਆਂ ਬੜੇ ਭਾਗਾਂ ਦੇ ਨਾਲ ਕਿਸਮਤ 'ਚ ਮਿਲਦੀਆਂ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਹਿਮਤ ਔਰ ਬਖਸ਼ਿਸ਼ ਸਾਡੇ ਸਾਰਿਆਂ 'ਤੇ ਆ। ਅੱਜ ਦਿੱਲੀ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਸਾਰੇ ਹੀ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਮਹਾਨ ਕੀਰਤਨ ਦਰਬਾਰ ਸਜਾਏ ਗਏ ਨੇ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਡਿਆਈ ਆ, ਉਸ ਮਾਲਕ ਦੀ ਰਹਿਮਤ ਔਰ ਬਖਸ਼ਿਸ਼ ਆ। ਦੁਨੀਆ ਦੇ 70-80 ਸਾਲ ਦੇ ਇਤਿਹਾਸ ਤੁਸੀਂ ਯਾਦ ਕਰਕੇ ਦੇਖੋ, ਕੋਈ ਵੀ ਸਮਾਗਮ ਪੂਰੀ ਦੁਨੀਆ ਦੇ ਅੰਦਰ ਕਿਸੇ ਵੀ ਧਰਮ ਦਾ ਇਸ ਪੱਧਰ ਤੇ ਨਹੀਂ ਮਨਾਇਆ ਗਿਆ ਜਿਸ ਪੱਧਰ ਤੇ ਪੂਰੀ ਦੁਨੀਆ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਸਤਤ ਤੇ ਵਡਿਆਈ ਹੋ ਰਹੀ ਆ। ਦੁਨੀਆ ਦੇ ਅੰਦਰ ਚਾਹੇ ਅਮੈਰੀਕਾ ਹੈ, ਚਾਹੇ ਇੰਗਲੈਂਡ ਆ, ਚਾਹੇ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਨਿਊਜ਼ੀਲੈਂਡ ਆ, ਥਾਈਲੈਂਡ ਵਰਗੀ ਜਿਹੜੀ ਮੁਲਕ ਨੇ, ਉਹਨਾਂ ਦੇ ਅੰਦਰ ਵੀ ਉਹਨਾਂ ਦੇ ਰਾਸ਼ਟਰਪਤੀਆਂ ਨੇ, ਪ੍ਰਧਾਨ ਮੰਤਰੀਆਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਸਤਤ ਤੇ ਵਡਿਆਈ ਕੀਤੀ ਆ। ਉਸ ਅਕਾਲ ਪੁਰਖ ਰੂਪੀ ਉਸ ਮਾਲਕ ਨੇ ਜੋ ਸਾਨੂੰ ਅਕਾਲ ਪੁਰਖ ਦੀ ਉਸਤਤ ਕਰਨੀ ਔਰ ਉਸ ਅਕਾਲ ਪੁਰਖ ਨਾਲ ਜੋੜਿਆ ਸੀ, ਅੱਜ ਪੂਰੀ ਮਾਨਵਤਾ ਇਹ ਮੰਨਣ ਨੂੰ, ਇਹ ਦੁਨੀਆ ਮੰਨਣ ਨੂੰ ਤਿਆਰ ਹੋ ਗਈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਸੁਣਿਆ ਸੀਗਾ, ਜੋ ਲੁਕਾਈ ਨੂੰ ਉਹਨਾਂ ਨੇ ਸੰਦੇਸ਼ ਤੇ ਉਪਦੇਸ਼ ਦਿੱਤਾ ਸੀਗਾ, ਕੇਵਲ ਵਾਹਦ ਅੱਜ ਦੀ ਦੁਨੀਆ ਨੂੰ ਅਗਰ ਕੋਈ ਉਪਦੇਸ਼ ਤੇ ਸੰਦੇਸ਼ ਬਚਾ ਸਕਦਾ ਹੈ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਦਿੱਤਾ ਉਪਦੇਸ਼ ਤੇ ਸੰਦੇਸ਼ ਬਚਾ ਸਕਦਾ ਹੈ। ਅੱਜ ਗੁਰੂ ਨਾਨਕ ਦੇਵ ਜੀ ਕੇ 550ਵੇਂ ਪ੍ਰਕਾਸ਼ ਪਰਵ ਪਰ ਮੈਂ ਪੂਰੇ ਸਨਾਤਨ ਆਰੀਆ ਹਿੰਦੂ ਵੈਦਿਕ ਧਰਮ ਕੀ ਔਰ ਸੇ ਔਰ ਗੁਰੂ ਨਾਨਕ ਦੇਵ ਜੀ ਮਾਤਰ ਇੱਕ ਸਿੱਖ ਪਰੰਪਰਾ ਕੇ ਹੀ ਗੁਰੂ ਨਹੀਂ, ਵੋ ਹਮਾਰੀ ਗੁਰੂ ਪਰੰਪਰਾ, ਰਿਸ਼ੀ ਪਰੰਪਰਾ, ਭਾਰਤ ਕੀ ਮਹਾਨ ਪਰੰਪਰਾ ਕੇ ਵੋ ਗੌਰਵਸ਼ਾਲੀ ਗੁਰੂ ਹੈ ਜਿਨ੍ਹਾਂ ਨੇ ਭਾਰਤ ਔਰ ਭਾਰਤ ਕੇ ਬਾਹਰ ਜਬ ਸਾਧਨ ਬਹੁਤ ਕਮ ਥੇ ਤਬ ਤਿੱਬਤ ਸੇ ਲੈ ਕਰਕੇ ਪਾਕਿਸਤਾਨ, ਅਫਗਾਨਿਸਤਾਨ ਔਰ ਕਹਾ ਜੋ ਹੈ ਈਰਾਨ ਔਰ ਇਰਾਕ ਔਰ ਮੱਕਾ ਮਦੀਨਾ ਤੱਕ ਇਸ ਭਾਰਤ ਕੀ ਸਨਾਤਨ ਆਰੀਆ ਹਿੰਦੂ ਵੈਦਿਕ ਸੰਸਕ੍ਰਿਤੀ ਕੀ ਅਲਗ ਜਗਾਈ ਔਰ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਅਰਥਾਤ ਉਹ ਏਕ ਈਸ਼ਵਰ ਜੋ ਹਮ ਸਭ ਕੇ ਹਿਰਦਯੋਂ ਮੇਂ ਵਿਰਾਜਮਾਨ ਹੈ, ਲੋਕ ਉਸਕੋ ਕਹੀਂ ਬਾਹਰ ਢੂੰਢਤੇ ਰਹਤੇ ਹੈ।
लेकिन वो परमात्मा जो सृष्टि के कण कण में और हमारे हृदय में, हमारे मन प्राण आत्मा में है, उस परमात्मा का नाम जपो और उसी के आश्रय जियो कि सब कुछ जानने की ज्ञान शक्ति, सब कुछ करने की भाव शक्ति और कर्म शक्ति, सब कुछ भगवान का दिया हुआ है। हम उस परमात्मा के, उस खुदा अल्लाह वाहे गुरु के हम आश्रय में जीते हैं, तो हर समय उस भगवान के प्रति कृतज्ञता का भाव, ये नाम जपो कि सब कुछ भगवान का है, और कृत करो अर्थात सत्कर्म करो। कर्म ही धर्म है, कर्म ही जीवन का मर्म है, और जो कर्म करता है उसको घर में ही भगवान मिल जाते हैं। श्री गुरु नानक देव जी ने 550 साला प्रकाश पर्व नु मुख रख दिया। अदारा चढ़दीकला विखे वातावरण संभाल दे संदेश दे प्रचार ले अरदास की गई। अदारा चढ़दीकला दे चेयरमैन सरदार जगजीत सिंह दर्दी, श्री गुरु हरकृष्ण पब्लिक स्कूलों के डायरेक्टर मैडम जसविंदर कौर दर्दी दे समूह स्टाफ नु बूटे तकसीम किए। इस मौके स्टेट अवार्डी डॉक्टर इंद्रप्रीत कौर वालों अरदास की गई और उन्हें गुरु साहिब के दिए उपदेशों नु अपने जीवन में अपनाने की प्रेरणा दी। सचखंड श्री हरिमंदर साहब विखे साहिब श्री गुरु नानक देव जी का 550वां प्रकाश पुरब बड़ी श्रद्धा भावना मनाया जा रहा है। इस मौके हजारों की गिनती संगत नतमस्तक होने लिए आ रही ने। पवित्र सरोवर में इशनान कर मगरों संगत ने मन की शांति लिए अरदास की। जानकारी मुताबिक श्रोमणी गुरुद्वारा प्रबंधक कमेटी ने संगत के सहयोग न मनाए जा रहे प्रकाश पुरब मौके दर्शनों लिए सुंदर जलौ सजाए। इन जलों में कीमती वस्तुआं, हीरे ज्वारा, सोने और चांदी का समान आदि शामिल सी। इस मौके महाराजा रणजीत सिंह का 9 लखा हार, नीलकंठ का मोर, सोने का छतर अते असली मोतियां की माला के भी दर्शन कराए गए। दस दिए कि गुरु साहिब जी के प्रकाश पुरब मौके रात के समय एक शानदार आतिशबाजी की गई। श्री गुरु नानक देव जी के 550 साल प्रकाश पुरब के संबंध में जिथे पूरे विश्व भर में समागम करवाए जा रहे हैं, उथे ही गुरु दिख नवान साहब विखे भी प्रकाश पुरब बड़ी श्रद्धा भावना ने मनाया जा रहा है। बड़ी गिनती सिख संगत श्री गुरु ग्रंथ साहब जी अगे संगत नतमस्तक हो रही ने। सवेर तो ही कीर्तन दरबार चल रहा है। समागम में श्रोमणी गुरुद्वारा प्रबंधक कमेटी के सबका प्रधान किरपाल सिंह बनूगा ने शिरकत की, संगत को प्रकाश पुरब की बधाई दी। श्री गुरु नानक देव जी के 550वें प्रकाश पुरब को समर्पित विशाल नगर कीर्तन फिरोजपुर के इतिहासिक गुरुद्वारा श्री अकालगढ़ साहिब तो श्री गुरु ग्रंथ साहिब जी की छत्रछाया हेठ और पांच प्यारों की अगवाई में रवाना होया। नगर कीर्तन में बैंड, गतका पार्टियां, घोड़सवार और रागी जथे शामिल सन, जो वख-वख बाजारों हुंदिया होया गुरुद्वारा श्री अकाल तख्त साहिब विखे समाप्त होया। इस दौरान रागी और ढाडी जथे रस्मी का कीर्तन और वारा गा के श्री गुरु नानक देव जी के जीवन फलसफे बारे जाणू करवा रहे सन। नगर कीर्तन में धार्मिक राष्ट्रीय शख्सियत ने हासिल वाई। श्री गुरु नानक देव जी का 550 साल प्रकाश पुरब को मुख रखद मुक्तसर साहिब के मलोड़ के गुरद्वारा चरण कमल साहिब विखे गुरमत समागम करवाए गए। इस दौरान बड़ी गिनती सिख संगत ने हासिल लवाई। इस मौके मैडिकल चैकअप कैंप भी लगाया गया। प्रबंधकों ने श्री गुरु नानक देव जी के प्रकाश पुरब की सिख संगत को बधाई दी। सिख कौमी नहीं सगों समुची मानवता वालों जिथे धन धन साहिब श्री गुरु नानक देव जी का 550वां प्रकाश दिहाड़ा बड़ी श्रद्धा से उत्साह मनाया जा रहा है, उथे रियायती शहर नाभा के इतिहासिक गुरद्वारा डेर बाबा अजापाल सिंह कोड़ियावाला विखे अज श्रोमणी कमेटी वालों समागम करवाया गया, जिस विच मुसलमान भाईचारे ने विशेष तौर पर शमूलियत करके गुरु घर खुशियां प्राप्त की। उथे लड्डू वंड के खुशी का इजहार किया। इस मौके भाई मरदाना वैलफेयर स्टेट के प्रधान मुस्ताक अली किंग ने कहा कि धन धन श्री गुरु नानक देव जी समुची मानवता के पीर सन, जिस करके सिख भाईचारे सानू भी उन्होंने प्रकाश पुरब की बहुत खुशी है। संप्रदाय लोपो वालों मोगा विखे जगत श्री गुरु नानक देव जी दे महाराज के 550वें प्रकाश पुरब के नगर कीर्तन सजाया गया। इस मौके गुरमत समागम करवाए गए, जिस दौरान बड़ी गिनती संगत ने हासिल लवाई। इस मौके रवायती ढंग तैयार की सुंदर पालकी में श्री गुरु ग्रंथ साहिब सजा के पिंड की परिक्रमा की गई। बाबा जगजीत सिंह लोपो वाले की सरप्रस्ती हेठ इस समागम करवाए गए।
ਸਿੱਖਾਂ ਦੇ ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਉੱਥੇ ਹੀ ਬਠਿੰਡਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਨਤਮਸਤਕ ਹੋਣ ਲਈ ਦੂਰ ਦੁਰਾਡੇ ਤੋਂ ਸੰਗਤਾਂ ਪਹੁੰਚ ਰਹੀਆਂ ਨੇ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਪੂਰੀ ਦੁਨੀਆ ਵਿੱਚ ਥਾਂ ਥਾਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ, ਉੱਥੇ ਹੀ ਗੁਰੂ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ। ਜਗਮਗਾਉਂਦੀ ਰੋਸ਼ਨੀ ਵਿੱਚ ਰੁਸ਼ਨਾਉਣ ਦੇ ਵਿਰਾਸਤ ਏ ਖਾਲਸਾ ਨੂੰ ਦੇਖਣ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਨੂੰ ਪਹੁੰਚ ਰਹੀਆਂ ਨੇ। ਗੌਰਤਲਬ ਹੈ ਕਿ ਖਾਸ ਤੌਰ ਤੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿਰਾਸਤ ਏ ਖਾਲਸਾ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਸਮੁੱਚੇ ਨਾਨਕ ਨਾਮਲੇਵਾ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਇਸ ਤਹਿਤ ਰਾਜਪੁਰਾ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾ ਹੇਠ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਹੇਠ ਕੱਢਿਆ ਗਿਆ, ਜੋ ਕਿ ਵੱਖ ਵੱਖ ਬਾਜ਼ਾਰਾਂ 'ਚ ਹੁੰਦਿਆਂ ਹੋਇਆਂ ਦੇਰ ਰਾਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸਮਾਪਤ ਹੋਏਗਾ। ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਲਈ ਗੁਰੂ ਕਾ ਟੁੱਟ ਲੰਗਰ ਵਰਤਾਇਆ ਗਿਆ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਪੂਰੀ ਦੁਨੀਆ ਵਿੱਚ ਥਾਂ ਥਾਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ, ਉੱਥੇ ਹੀ ਗੁਰੂ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਸੰਸਾਰ ਭਰ ਦੇ ਸਿੱਖਾਂ ਨਾਲ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ। ਅੱਜ ਵੀ ਗੁਰੂ ਅਰਜਨ ਦੇਵ ਕਲੋਨੀ ਵਿੱਚ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰਿਆਂ ਦੀ ਅਗਵਾਈ 'ਚ ਕੱਢਿਆ ਗਿਆ। ਇਹ ਨਗਰ ਕੀਰਤਨ ਸ਼ਹਿਰ 'ਚ ਹੁੰਦਾ ਹੋਇਆ ਦੇਰ ਰਾਤਰੀ ਗੁਰੂ ਦੁਆਰਾ ਕਲਗੀਧਰ ਵਿਖੇ ਸਮਾਪਤ ਹੋਏਗਾ। ਸਾਡੇ ਦਿਹਾੜੇ ਮਨਾਏ ਤਾਂ ਹੀ ਸਫਲ ਹੋਣੇ ਆ ਜੇ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ 'ਤੇ ਚੱਲਾਂਗੇ, ਗੁਰੂ ਸਾਹਿਬ ਦੇ ਦੱਸੇ ਦਿਸ਼ਾ ਨਿਰਦੇਸ਼ਾਂ 'ਤੇ ਚੱਲਾਂਗੇ। ਆਓ ਅਸੀਂ ਜੋ ਗੁਰੂ ਸਾਹਿਬ ਦੇ ਉਪਦੇਸ਼ ਨੇ ਉਹਨਾਂ 'ਤੇ ਚੱਲਣ ਦਾ ਪ੍ਰਣ ਕਰੀਏ। ਤਾਂ ਹੀ ਇਹ ਦਿਹਾੜੇ ਜੋ ਅਸੀਂ ਮਨਾ ਰਹੇ ਹਾਂ 550 ਸਾਲਾਂ, ਤਾਂ ਹੀ ਇਹ ਸਾਡਾ ਮਨਾਇਆ ਸਫਲ ਹੋਣਾ। ਗੁਰੂ ਸਾਹਿਬ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ, ਸਭ ਨੂੰ ਗਲੇ ਲਗਾਓ, ਸਭ ਪਿਛਲੀਆਂ ਭੁੱਲਾਂ ਬਖਸ਼ੋ, ਸਭ ਨਾਲ ਪ੍ਰੇਮ ਪਿਆਰ ਵਰਤੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਬਹੁਤ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਨਾਨਕ ਦੇਵ ਜੀ ਦੇ ਪੁਰਬ ਤੋਂ, ਬਹੁਤ ਸੰਗਤਾਂ ਨੂੰ ਲੱਖ ਲੱਖ ਵਧਾਈ। ਦਿੱਲੀ ਵਿਖੇ ਜ਼ੀ ਮਿਊਜ਼ਿਕ ਕੰਪਨੀ ਵੱਲੋਂ ਇੱਕ ਪੰਜਾਬੀ ਸੌਂਗ ਲੌਂਗ ਨੂੰ ਲਾਂਚ ਕੀਤਾ ਗਿਆ, ਜਿਸ ਨੂੰ ਡੀ ਆਰ ਹਰਸ਼, ਸਿਮ੍ਰਤਾ ਅਤੇ ਰਮਨੀਕ ਵੱਲੋਂ ਗਾਇਆ ਗਿਆ, ਜਿਸ ਦੀ ਕੋਰੀਓਗ੍ਰਾਫੀ ਅਰਵਿੰਦ ਅਤੇ ਮਨੀਸ਼ ਵੱਲੋਂ ਕੀਤੀ ਗਈ ਹੈ। ਜਾਣਕਾਰੀ ਦਿੰਦੇ ਆ, ਸੌਂਗ ਟੀਮ ਨੇ ਦੱਸਿਆ ਕਿ ਲੌਂਗ ਸੌਂਗ ਦੇਸੀ ਅਤੇ ਵਿਦੇਸ਼ੀ ਸੁਮੇਲ ਤੋਂ ਬਣਿਆ ਇੱਕ ਪੰਜਾਬੀ ਗਾਣਾ ਹੈ, ਇਸ ਨੂੰ ਦਰਸ਼ਕਾਂ ਦੀ ਪਸੰਦ ਨੂੰ ਮੁੱਖ ਰੱਖਦਿਆਂ ਬਣਾਇਆ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਵਧੇਰੇ ਪਿਆਰ ਮਿਲ ਰਿਹਾ। ਮੌਕੇ ਪਰ ਮੇਰਾ ਗਾਣਾ ਰਿਲੀਜ਼ ਹੁਆ ਹੈ ਕਿ ਦੋਨੋ ਦਿਨ ਆਜ ਭੋਲੇ ਬਾਬਾ ਕਾ ਬਰਥਡੇ ਔਰ ਕੱਲ ਗੁਰੂ ਪਰਬ, ਤੋ ਬਹੁਤ ਅੱਛੀ ਖੁਸ਼ੀ, ਮਤਲਬ ਬਹੁਤ ਖੁਸ਼ੀ ਹੈ ਔਰ ਆਜ ਇਤਨਾ ਪਿਆਰ ਮਿਲ ਰਿਹਾ ਹੈ, ਮੀਡੀਆ ਸੇ ਇਤਨਾ ਪਿਆਰ ਮਿਲਾ ਔਰ ਲੋਕੋ ਕਾ ਇਤਨਾ ਪਿਆਰ ਮਿਲ ਰਿਹਾ ਹੈ, ਮਤਲਬ ਬਹੁਤ ਮਿਹਨਤ ਸੇ ਇਸਕੋ ਸੌਂਗ ਕੋ ਬਣਾਇਆ ਔਰ ਜਿਸ ਹਿਸਾਬ ਸੇ ਪਿਆਰ ਮਿਲ ਰਿਹਾ ਹੈ, ਅੱਛਾ ਲੱਗ ਰਿਹਾ ਹੈ। ਇਟ ਇਜ਼ ਨਿਊ ਸੌਂਗ ਔਫ ਨਿਊ ਪੰਜਾਬੀ ਸੌਂਗ ਔਫ ਨਿਊ ਜੋਨਰ, ਜਿਸ ਮੇ ਇੰਟਰਨੈਸ਼ਨਲ ਮਿਊਜ਼ਿਕ ਔਰ ਦੇਸੀ ਮਿਊਜ਼ਿਕ ਕਾ ਬਹੁਤ ਹੀ ਬੜੀਆ ਫਿਊਜ਼ਨ ਹੈ ਐਂਡ ਆਈ ਐਮ ਵੈਰੀ ਮੱਚ ਹੋਪਫੁਲ ਕਿ ਨਿਊ ਜਨਰੇਸ਼ਨ ਕੋ ਵੀ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਐਂਡ ਆਈ ਵਾਂਟ ਕਿ ਆਪ ਸਭ ਇਸੇ ਦੇਖੋ, ਲਾਈਕ ਕਰੋ ਐਂਡ ਆਈ ਐਮ ਸ਼ੋਰ ਆਪ ਜ਼ਰੂਰ ਡਾਂਸ ਕਰੋਗੇ ਇਸ ਮਿਊਜ਼ਿਕ ਪੇ। ਇਟ ਇਜ਼ ਗੋਇੰਗ ਟੂ ਬੀ ਵਨ ਆਫ ਦ ਬੈਸਟ ਸੌਂਗ ਦਿਸ ਵੈਡਿੰਗ ਸੀਜ਼ਨ ਕਾ, ਇਹ ਸਭ ਸੇ ਪਾਵਰਫੁਲ ਸੌਂਗ ਹੋਣੇ ਵਾਲਾ ਹੈ ਔਰ ਡਾਂਸ ਫਲੋਰਸ ਕਾ। ਸੋ ਆਪਣੀ ਜਰਨੀ ਜਿਹੜੀ ਸੀ ਲੌਂਗ ਸੌਂਗ ਬਣਾਉਣ ਦੀ, ਇਟ ਵਾਜ਼ ਨੋਟ ਅ ਸ਼ੋਰਟ ਜਰਨੀ, ਇਹਦਾ ਨਾਮ ਹੀ ਲੌਂਗ ਸੌਂਗ ਹੈ ਤਾਂ ਆਪਣੇ ਆਪ ਜਰਨੀ ਲੰਬੀ ਹੋਏਗੀ ਇਹਦੀ। ਸੋ ਆਪਾਂ ਇਹਦਾ ਸਾਊਂਡ ਡਿਜ਼ਾਈਨ ਬੜੇ ਖਾਸ ਤਰੀਕੇ ਨਾਲ ਕੀਤਾ, ਜਿਹਦੇ 'ਚ ਪੰਜਾਬੀ ਟ੍ਰੈਡੀਸ਼ਨਲ ਟੱਚ ਵੀ ਆਪਾਂ ਉਵੇਂ ਹੀ ਰੱਖਿਆ ਅਤੇ ਨਵਾਂ ਵੈਸਟਰਨ ਮਿਊਜ਼ਿਕ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਫਿਰ ਤੁਸੀਂ ਵੀਡੀਓ 'ਚ ਵੀ ਦੇਖੋਗੇ ਤਾਂ ਆਪਾਂ ਇਹਨੂੰ ਕਾਫੀ ਜੋ ਇੰਟਰਨੈਸ਼ਨਲ ਪੈਰਾਡੀਅਮ ਹੈ ਵੀਡੀਓ 'ਤੇ ਉਵੇਂ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਥੋੜ੍ਹਾ ਟ੍ਰੈਡੀਸ਼ਨਲ ਪੰਜਾਬੀ ਜਿਵੇਂ ਵੀਡੀਓ ਸ਼ੂਟ ਹੋ ਰਿਹਾ ਉਸ ਤੋਂ ਹਟ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਥੋੜ੍ਹਾ ਜਿਹਾ ਬਾਲੀਵੁੱਡ ਸਟਾਈਲ ਤੁਸੀਂ ਕਹਿ ਸਕਦੇ ਹੋ ਉਵੇਂ ਆਪਾਂ ਜਾਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਜੋ ਕਿ ਸੌਂਗ ਦੇ ਮਿਊਜ਼ਿਕ ਨੂੰ ਕੰਪਲੀਮੈਂਟ ਕਰੇ।
समुचे नानक लामलेवा संगत वालों श्री गुरु नानक देव जी का 550 साल प्रकाश पुरब बड़ी श्रद्धा भावना मनाया जा रहा है, जिस तहत दिल्ली के गुरुद्वारा मजनू घटीला विखे तो ऑल इंडिया सिख कॉन्फ्रेंस के प्रधान गुरचरण सिंह बब्बर की अगुवाई हेठ एक विशाल नगर कीर्तन सजाया गया, जो कि हरिद्वार के गुरद्वारा ज्ञान गोदड़ी तक जाना सी, जिसका संगतों वालों थां थां पर भरवां स्वागत किया गया। पर उत्तराखंड की सरहद पर पहुंचते नगर कीर्तन उतों के प्रशासन वालों रोक दिया गया, जो सारी रात पुलिस प्रशासन ने रोक के रखा। ऑल इंडिया सिख कॉन्फ्रेंस के प्रधान गुरचरण सिंह बब्बर ने कहा कि वह इत्थे मजनू घटीला तो हरिद्वार विच हरी की पौड़ी विखे गंगा के किनारे स्थित अस्थान से नगर कीर्तन कर रहे सन। अधिकारियों ने नगर कीर्तन नूं ज्ञान गोदरी साहिब वल जाण तों रोकिया, जिस कारण सिख भाईचारे विच भारी रोस है। उधर सूबा सरकार के कैबिनेट मंत्री मदन लाल जोशी के प्रधान गुरचरण सिंह बब्बर समेत समूह संगतों नूं भरोसा दिंदिया कहा कि संगतां सानू 2 महीने का समा देन, तुहाडी मंग नूं पूरा किया जाएगा। इस उपरंत विशाल नगर कीर्तन ने उतों ही वापसी नूं जाले पाए। इत्थे दस दईए कि सूबा सरकार अजे भी जमीन सौंपण विच आनाकानी कर रही है। पिछले कई महीनों तो गंगा के किनारे ते ज्ञान गोदरी गुरुद्वारे की उसारी लई जमीन की मांग करन वाले सिख भाईचारे के लोग पिछले कुछ महीनों तो प्रेम नगर आश्रम पुल नेड़े एक जगह ते हलचल कर रहे ने। उनका मतलब है हमारी जगह है, हमारी जगह हमें नहीं दी जा रही, वो हमें श्योर करेंगे कि आपको देंगे। वो ये कि हाँ जी हाँ जी देखेंगे करेंगे, आपकी बात तो ठीक है। मैं इस तो ज़्यादा मीटिंग 5-6 मिनिस्टर और 2 गवर्नर कर चुके हैं। मैं चाहता हूँ कि ये कल मिनिस्टर जो आ रहे हैं वो अगर ये कहें कि ये सरदार टरका के आ गया मैं और मैं बहुत कलाकार हूँ, तो वो गलती में होंगे। हमने क्या करना है, हमने ये मिशन पे आए हैं और हम ये गुरुद्वारा साहब स्टोरी का यस और नो करेंगे या अपने आप को नुकसान पहुंचाएंगे। हमने हमारे पास 550 के बाद वक्त ही नहीं है। हरिद्वार प्रशासन में जो मजिस्ट्रेट साहब हैं हमारे, उनकी स्टाफ से बात हुई है, कैबिनेट मिनिस्टर जो है हमारे उनके स्टाफ से बात हुई है और कल मीटिंग तय हुई है और मीटिंग में लोकल एडमिनिस्ट्रेशन भी रहेगा और जो डेलीगेशन एक जाएगा और माननीय मंत्री जी उसमें रहेंगे और उसमें जो भी इश्यूज़ हैं गुरुद्वारा ज्ञान गोदड़ी के संबंध में उस संबंध में बातचीत की जाएगी और जो भी पॉजिटिव आउटकम होगा फिर आपसे शेयर किया जाएगा। ज्ञान गोदड़ी गुरुद्वारे के संबंध में वर्तमान सरकार ने एक कमेटी बनाई, उस कमेटी को मैं हेड कर रहा हूँ। उस कमेटी में हरिद्वार के लोकल प्लस अलग से 8 मेंबर बनाए गए हैं, 2 मेंबर उसमें अलग से जो अपना गंगा सभा है और अपने सिंधु परिषद है उसके भी बनाए गए हैं। और उस कमेटी की लगभग 15-20 मीटिंगें हो चुकी हैं। उस कमेटी में जो विषय है, 3 तरह के विषय हैं, उन सब पर विचार करते हुए हमने जो हमारे उस कमेटी में एक सदस्य हैं हरभजन सिंह चीमा जी, उनको भी एक छोटी कमेटी बनाई कि वो रिपोर्ट हमें प्रस्तुत कर दें। वो रिपोर्ट अभी एका न होने के कारण नहीं आ पाई और मैं विश्वास के साथ कह सकता हूं कि अगले 2-3 महीने में हम इस कमेटी के माध्यम से समाधान कर देंगे। फिलहाल खबरों के इस बुलेटिन में इतना ही, देश दुनिया की बाकी खबरों की जानकारी तुसीं बने रहो साडे नाल छड्डी का टाइम टीवी ते। धन्यवाद।